ਤੁਹਾਡਾ ਉਮੀਦਵਾਰ ਤੁਹਾਡਾ ਹਲਕਾ ਕੈਂਡੀਡੇਟ ਭਰ ਵਿੱਚ ਫੈਡਰਲ ਇਲੈਕਸ਼ਨ ਦਾ ਬਿਗਲ ਵੱਜ ਚੁੱਕਿਆ। ਹਰ ਇੱਕ ਕੈਂਡੀਡੇਟ ਆਪਣੇ ਆਪਣੇ ਏਰੀਏ ਦੇ ਵਿੱਚ ਡੋਰ ਨੋਕਿੰਗ ਕਰ ਰਿਹਾ ਵਾ। ਆਪਾਂ ਗੱਲਬਾਤ ਕਰਦੇ ਹਾਂ ਅੱਜ ਸਰੀ ਨਿਊਟਨ ਹਲਕੇ ਤੋਂ ਸੁਖ ਧਾਲੀਵਾਲ ਸਾਹਿਬ ਦੇ ਨਾਲ, ਜੋ ਕਿ ਲਿਬਰਲ ਕੈਂਡੀਡੇਟ ਹਨ। ਸਮਾਲ ਬਿਜ਼ਨਸਿਸ ਆਰ ਦਾ ਲਾਈਫ ਬਲੱਡ ਆਫ ਦਾ ਕੈਨੇਡੀਅਨ ਇਕਾਨਮੀ ਐਂਡ ਦਾ ਡਰਾਈਵਿੰਗ ਫੋਰਸ ਆਫ ਲੋਕਲ ਇਕਨੋਮਿਕ ਐਕਟੀਵਿਟੀ ਹੀਅਰ ਇਨ ਸਰੀ ਨਿਊਟਨ। I have spent many months reaching out to local businesses to see how the Liberal government's measures of support have helped. The Canada Emergency Wage Subsidy Program provided $74 billion to protect 5.4 million Canadian jobs. We have invested over $2 million to create 305 jobs for young people right here in Surrey Newton. Over 864,000 loans were provided to businesses across Canada, totaling $46 billion. And I am continuing my discussions with local business owners to learn what more can be done to ensure their success in the future. Canada's economic recovery relies on our small businesses to thrive, and the Liberal Party of Canada is standing side by side with entrepreneurs across the country. ਤਾਲੀਵਾਲ ਸਾਹਿਬ, ਪਹਿਲਾਂ ਸਾਨੂੰ ਆਪਣੀ ਬੈਕਗ੍ਰਾਊਂਡ ਬਾਰੇ ਦੱਸੋ। ਦੇਖੋ, ਬੈਕਗ੍ਰਾਊਂਡ ਜਿਹੜੀ ਹੈਗੀ, ਮੈਂ ਗ੍ਰੈਜੂਏਟ ਹੈਗਾ ਵਾਂ। ਦੋ ਡਿਗਰੀਜ਼ ਨੇ ਮੇਰੇ ਕੋਲ, ਇੱਕ ਸਿਵਲ ਇੰਜੀਨੀਅਰਿੰਗ ਦੇ ਵਿੱਚ ਆ, ਦੂਜੀ ਜੀਓਮੈਟਿਕਸ ਇੰਜੀਨੀਅਰਿੰਗ ਦੇ ਵਿੱਚ ਹੈਗੀ, ਨਾਲ ਪੋਸਟ ਗ੍ਰੈਜੂਏਟ ਡਿਪਲੋਮਾ ਮੇਰੇ ਕੋਲ ਐਨਰਜੀ ਮੈਨੇਜਮੈਂਟ ਐਂਡ ਯੂਟੀਲਾਈਜੇਸ਼ਨ। ਪ੍ਰੋਫੈਸ਼ਨਲ ਇੰਜੀਨੀਅਰ ਹਾਂ ਬਾਈ ਪ੍ਰੋਫੈਸ਼ਨ, ਐਂਡ ਆਲਸੋ ਜਿਹੜਾ ਹੈਗਾ ਬੀ ਸੀ ਲੈਂਡ ਸਰਵੇਅਰ ਹੈਗਾ, ਔਰ ਨਾਲ ਹੀ ਸਮਾਲ ਬਿਜ਼ਨਸ ਇੱਥੇ ਸਰੀ ਨਿਊਟਨ 'ਚ ਹੈਗਾ, ਔਰ ਆਲਸੋ ਜਿਹੜਾ ਹੈਗਾ ਫੈਲੋਸ਼ਿਪ ਮੇਰੇ ਕੋਲ ਇੰਜੀਨੀਅਰਸ ਕੈਨੇਡਾ ਦੇ ਵਿੱਚ ਹੈਗੀ ਆ। ਔਰ ਪਰਿਵਾਰਕ ਤੌਰ 'ਤੇ ਵੀ ਮੈਂ, ਮੇਰੇ ਬੱਚੇ ਵੀ ਇੱਥੇ ਹੀ ਵੱਡੇ ਹੋਏ ਨੇ ਸਰੀ ਨਿਊਟਨ 'ਚ। ਦੋ ਬੱਚੇ ਆ ਜਿਹੜੀਆਂ ਬਹੁਤ ਮੈਡੀਕਲ ਡਾਕਟਰਸ ਪ੍ਰੈਕਟਿਸਿੰਗ ਡਾਕਟਰਸ ਹੈਗੀਆਂ ਨੇ। ਬੇਟਾ ਇਸ ਵੇਲੇ ਯੂ ਬੀ ਸੀ 'ਚ ਦਾਖਲਾ ਲਿਆ। ਪੇਰੈਂਟਸ ਮੇਰੇ ਜਿਹੜੇ ਸੀਗੇ ਐਲਡਰਲੀ ਪੇਰੈਂਟਸ, ਉਹ ਵੀ ਮੇਰੇ ਨਾਲ ਜਿਹੜਾ ਸੀਗਾ ਲਿਵ ਕੀਤਾ ਇਸੇ ਰਾਈਡਿੰਗ ਦੇ ਵਿੱਚ। ਸੋ ਜਦੋਂ ਦੇਖਦੇ ਹੈਗੇ ਹਾਂ, ਸਰੀ ਨਿਊਟਨ ਜਿਹੜਾ ਹੈ, ਇੱਥੇ ਹੀ ਮੇਰਾ ਦਿਲ ਹੈਗਾ, ਇੱਥੇ ਮੇਰਾ ਕਾਰੋਬਾਰ ਹੈਗਾ, ਇੱਥੇ ਮੇਰਾ ਪਰਿਵਾਰ ਹੈਗਾ। ਹੁਣ ਮੈਂ ਇੱਕ ਬਹੁਤ ਵੱਡਾ ਪਰਿਵਾਰ ਜਿਹੜਾ ਰਚਿਆ ਉਹ ਹੈਗਾ ਸਰੀ ਨਿਊਟਨ, ਅਤੇ ਸਪੋਰਟਰ ਜਿਹੜੇ ਮੇਰੇ ਆਊਟਸਾਈਡ ਸਰੀ ਨਿਊਟਨ ਨੇ। ਤਾਲੀਵਾਲ ਸਾਹਿਬ, ਬੜਾ ਔਖਾ ਹੁੰਦਾ ਪੋਲੀਟਿਕਸ ਦੇ ਵਿੱਚ, ਹੁਣ ਤੁਹਾਨੂੰ ਕਦੋਂ ਲੱਗਾ ਕਿ ਮੈਂ ਹੁਣ ਪੋਲੀਟਿਕਸ ਦੇ ਵਿੱਚ ਹੀ ਜਾਣਾ? ਦੇਖੋ, ਸਾਰਿਆਂ ਨਾਲੋਂ ਪਹਿਲਾਂ ਤਾਂ ਇਹ ਸੀਗਾ ਕਿ ਮੈਂ ਪ੍ਰੋਫੈਸ਼ਨਲੀ ਆਪਦੀ, ਕਿਉਂਕਿ ਮੈਂ ਇੰਜੀਨੀਅਰਿੰਗ ਦੇ ਵਿੱਚ ਜਿਹੜਾ ਸੀਗਾ ਇੰਟਰਸਟ ਰੱਖਦਾ ਸੀਗਾ, ਉੱਧਰ ਮੈਂ ਕਾਮਯਾਬੀ ਲੈਣੀ ਸੀ। ਜਦੋਂ ਮੈਂ ਆਪਣੇ ਪ੍ਰੋਫੈਸ਼ਨ 'ਚ ਜਿਹੜੀ ਕਾਮਯਾਬੀ ਮਿਲ ਗਈ ਮੈਨੂੰ, ਕੰਮਕਾਰ ਠੀਕ ਚੱਲ ਪਿਆ, ਉਸ ਤੋਂ ਬਾਅਦ ਮੈਂ ਦੇਖਿਆ ਕਿ ਕੈਨੇਡਾ ਇੱਕ ਦੇਸ਼ ਹੈਗਾ, ਇਸ ਸਿਸਟਮ ਨੇ ਇੱਕ ਆਮ ਸਧਾਰਨ ਪਰਿਵਾਰ 'ਚੋਂ ਉੱਠ ਕੇ ਆ ਕੇ ਜਿਹੜਾ ਹਰੇਕ ਮੈਨੂੰ ਮੌਕਾ ਦਿੱਤਾ ਸਕਸੀਡ ਹੋਣ ਦਾ। ਕਮਿਊਨਿਟੀ ਨੇ ਮੇਰੀ ਸਪੋਰਟ ਕੀਤੀ, ਸਰੀ ਦੇ ਲੋਕਾਂ ਨੇ ਮੇਰੀ ਸਪੋਰਟ ਕੀਤੀ। ਉਹਦੇ ਵਿੱਚ ਫਿਰ ਮੈਂ ਸੋਚਿਆ ਕਿ ਹੁਣ ਟਾਈਮ ਹੈਗਾ ਜਿਹੜਾ ਮੈਂ ਵਾਪਸ ਜਿਹੜਾ ਇਹਦੇ ਵਿੱਚ ਦੇਵਾਂ, ਲੋਕਾਂ ਨੂੰ ਸੇਵਾ ਜਿਹੜੀ ਆ ਉਹਨਾਂ ਦੀ ਕਰਾਂ। ਉਹਦੇ ਵਿੱਚ ਚਾਹੇ ਮੈਂ 1986 ਦੇ ਵਿੱਚ ਜਿਹੜੀ ਸੀਗੀ ਲਿਬਰਲ ਦੀ ਮੈਂਬਰਸ਼ਿਪ ਲਈ, 1988 'ਚ ਪਹਿਲੇ ਇਲੈਕਸ਼ਨ 'ਚ ਮੈਂ ਕਿਸੇ ਐੱਮ ਪੀ ਕੈਂਡੀਡੇਟ ਦੀ ਮਦਦ ਕੀਤੀ, 1990 ਦੀ ਲੀਡਰਸ਼ਿਪ ਰੇਸ ਦੇ ਵਿੱਚ ਜਦੋਂ ਜੌਨ ਕੈਟੀਆ ਪ੍ਰਧਾਨ ਮੰਤਰੀ ਬਣਿਆ ਉਹਦੇ ਵਿੱਚ ਮੈਂ ਮਦਦ ਕੀਤੀ। ਪਰ ਜਿਹੜਾ ਸੀਗਾ ਰੀਅਲ ਤੌਰ 'ਤੇ ਜਿਹੜਾ ਸੀਗਾ, ਮੈਂ ਜਦੋਂ ਫੈਡਰਲ ਤੌਰ 'ਤੇ ਆਪਾਂ ਕਹਿੰਦੇ ਹੈਗੇ ਹਾਂ, ਅਤੇ 2003-04 ਦੇ ਵਿੱਚ ਮੈਂ ਮਾਇੰਡ ਬਣਾਇਆ ਸੀਗਾ ਕਿ ਮੈਂ ਜਿਹੜਾ ਹੈਗਾ ਉਹ ਫੈਡਰਲ ਤੌਰ 'ਤੇ ਚੁਣਾਵ ਜਿਹੜਾ ਹੈਗਾ ਉਹ ਲੜਨਾ ਹੈਗਾ। ਤਾਂ ਫਿਰ ਤੁਸੀਂ ਉੱਤਰੇ ਅਤੇ ਪਹਿਲੀ ਵਾਰੀ ਖੜ੍ਹੇ ਹੋਏ ਤਾਂ ਜਿੱਤ ਗਏ? ਨਹੀਂ, ਪਹਿਲੀ ਵਾਰ ਮੈਂ 400 ਵੋਟ ਦਾ ਫਰਕ ਸੀਗਾ, ਕਿਉਂਕਿ ਇਹ ਕੰਸਟੀਚੁਐਂਸੀ ਜਿਹੜੀ ਸੀਗੀ ਕਦੇ ਵੀ 1949 ਤੋਂ ਲਾ ਲਈਏ ਤਾਂ ਕਦੇ ਵੀ ਲਿਬਰਲ ਨੇ ਨਹੀਂ ਸੀ ਜਿੱਤੀ। 1949 ਤੋਂ ਬਾਅਦ ਜੇ ਦੇਖਿਆ ਜਾਵੇ ਤਾਂ ਪਹਿਲੀ ਵਾਰ ਜਿਹੜੀ ਉਦੋਂ ਸਰੀ ਨਿਊਟਨ ਦੀ ਬਜਾਏ ਨਿਊਟਨ ਨੌਰਥ ਡੈਲਟਾ ਸੀਗੀ ਪਹਿਲੀਆਂ ਦੋ ਟਰਮਸ, ਉਹਦੇ ਵਿੱਚ ਮੈਂ 2006 ਦੇ ਵਿੱਚ ਜਿਹੜਾ ਸੀਗਾ ਉਹ ਪਹਿਲੀ ਵਾਰ ਇਹ ਕੰਸਟੀਚੁਐਂਸੀ ਜਿਹੜੀ ਸੀਗੀ ਲਿਬਰਲ ਪਾਰਟੀ ਦੀ ਝੋਲੀ ਪਾਈ ਸੀ। ਔਰ ਲੋਕਾਂ ਦਾ ਬਹੁਤ ਵੱਡਾ ਉਤਸ਼ਾਹ ਸੀ, ਕਿਉਂਕਿ ਜਿਹੜੀ ਕੰਸਟੀਚੁਐਂਸੀ 1949 ਤੋਂ ਬਾਅਦ ਕਦੇ ਵੀ ਨਾ ਜਿੱਤੀ ਹੋਵੇ ਉਹ ਜਿਹੜੀ ਹੈਗੀ ਆ ਉਹ ਲਿਬਰਲ ਪਾਰਟੀ ਨੂੰ ਜਿਹੜੀ ਹੈਗੀ ਆ ਉਹਦੀ ਝੋਲੀ 'ਚ ਪਈ ਹੋਵੇ। ਸੋ ਇਹ ਇੱਕ ਬਹੁਤ ਵੱਡੀ ਜਿਹੜੀ ਸੀਗੀ ਲੋਕਾਂ ਦੀ ਮੇਰੇ ਲਈ ਸਪੋਰਟ ਸੀ, ਮੇਰੇ 'ਚ ਵਿਸ਼ਵਾਸ ਸੀ। ਉਹੀ ਕਾਰਨ ਹੈ ਕਿ ਤੁਸੀਂ ਦੇਖ ਰਹੇ ਹੋ
कि उस दिन तो अज तक हमेशा जिहड़ी हैगी लोकां दी जिहड़ा ट्रस्ट उन्होंने मेरे च पाया वो ट्रस्ट मैं एवरीडे जिहड़ा हैगा वो अर्न करता रहना और ये होना भी चाहिए क्योंकि आम जिहड़ा चुनिया होया नुमाइंदा वो जे आम सधारण बंदे थाई अप्रोच नहीं करता जाके बहुत वध तो वध लोगों नूं नहीं मिलता जां वध तो वध लोगों नूं उहदे थाई पहुँचण का मौका नहीं मिलता तो वह कामयाब नहीं। सो मैं अपनी कामयाबी का सारे नालों स्ट्रोंग पॉइंट जे सोचता तो यह हैगा कि जिथे लोगों ने मेरे च विश्वास पाया मैनू माण दिता उहदे नाल नाल मैं खुले तौर पर जिहड़ा हैगा आपदा ओन समा छड के आपदे परिवार का समा छड के बिजनेस चो समा छड के जिहड़ा सीगा वो जिहड़ा हैगा समा जिहड़ा मैं लाउना हार्ड वर्क करता हैगा फ्रॉम डे वन टू टुडे वो सिर्फ तो सिर्फ लोगों की सेवा लई है और इहदे विच उत्साह भी मिलता जो एड्डी वड्डी सपोर्ट मिलती हैगी आ पिछले इलैक्शन दे विच जो देख रहे हैगे 2019 का इलैक्शन सीगा सारे नालों ज़्यादा परसेंटेज वाइज जो लिबरल वोट पई है तो वह सरी न्यूटन च पई सी। ठीक है न तो वो जे एड्डी वड्डी मात्रा दे विच लोकां ने मेरी सपोर्ट की तो वो ता ही की कि लोग एप्रीशिएट करते जो मैं कर रहा उस उन्होंने फतवा दिता और मैं उस फतवे को मद्देनज़र रख के फिर तत्पर रहा है। तो ऐतकी भी मैं देखदा वड्डी गिणती दे विच लोग आ रहे पर मैनू इको ही डर है तो असली जिहड़े है मेक श्योर करना पैना कि हुण एडवांस पोल शुरू हो चुके आ उन्हां दे विच और सितंबर 20 नूं अपना कीमती वोट जिहड़ा हैगा जरूर एक बार फिर वो पाउण तां ही जिहड़ी कामयाबी हो सकदी हैगी। सो यह एक पॉजिटिव वेव सी जिहड़ी तुसीं पहली वारी जिते तकरीबन हुण तुसीं लड़ रहे हो कि तुसीं लोकां दे विच बहुत ज़्यादा विचरदे अक्सर लोग हादसे दे विच वी गल कह दिंदे वी सुख भाजी उहनां नूं अक्सर ही हर ईवेंट दे विच देखिया जांदा कि ये तुहाडे वोटर मन के गिणन वी ये तुहाडी एक पॉजिटिव थिंकिंग है कि जिहड़े तुसीं लोकां नूं खुद मिलन जांदे देखो है ही आ क्योंकि सामे लोगों मेरे दफ्तर तीन चल के आना पऊ कोई टैलीफोन करके अपॉइंटमेंट बनाऊ कोई ईमेल करूँ वो लोड ही नहीं वो तो मैं जो वीकेंड के उत्ते मैं देखो वीकडेज मैं पार्लीमेंट का काम तो बराबर दूजे मैंबर पार्लीमेंट के करना ही पैंता मैं कमेटीज़ भी एक की बजाय मेरे को दो कमेटी डबल वर्क कमेटी का वर्क है मेरे को ऑटवा के सो वो बावजूद फिर मेरा जो कंस्टिट्यूएंसी ऑफिस आ एक कैनेडा के सारे नालों बिजीएस्ट ऑफिस आ। ठीक है ना इस चीज़ को हर मानता और क्यों बिजीएस्ट है क्योंकि हर लोग जिहड़े चाहे कितें भी बैठे आ वो मेरी सपोर्ट की नहीं की मेरी कंस्टिट्यूएंसी रेंदे नहीं रेंदे वो साढ़े को आते असी उन्हें मदद के क्यों उन्होंने ये पता है भी जे सुख धालीवाल को जावे तो जिहड़ियां थिंग्स गैट डन काम जिहड़ा वो हो जाना वा मैं 100% असी ट्राई करते हैं। सो जिहड़ा मेरा लोगों से चल के जाना मैं सोचता कि एक देखो एक मैं इंसान भी हाँ एक तो मैंबर ऑफ पार्लीमेंट हाँ नाल मेरा एक इंसानियत फर्ज भी बनता फैमिली भी है मेरी क्योंकि एक देखो असी अज तरक्की की है तो तरक्की असी की साडा फेथ साडी फैमिली ते साडी कम्यूनिटी ये तीन पिलर्स है जिन्होंने मैंने इतने लिया के सानू खड़ा किया है। उस जो मैं सरी न्यूटन की आपकी कम्यूनिटी देखता फैमिली देखता क्योंकि वह बड़ी एक फैमिली जी बनी आरा उन्होंने मेरा जो परसनल दुख सुख भी मैं शरीक हूँ और मैं माण महसूस करता है। ਧਾਲੀਵਾਲ ਸਾਹਿਬ ਤੁਹਾਡੇ ਹਲਕੇ ਕਾਫੀ ਵੱਡਾ ਹਲਕਾ ਸਰੀ ਨਿਊਟਨ ਅਤੇ ਜਿੱਦਾਂ ਤੁਸੀਂ ਦੱਸਿਆ ਵੀ ਟਰਨਓਵਰ ਵੀ ਬਹੁਤ ਵੱਡੀ ਆ ਵੋਟਿੰਗ ਦੀ ਵੀ ਪਰ ਇੱਥੇ ਦੋ ਤਿੰਨ ਇਸ਼ੂ ਜਿਹੜੇ ਬਹੁਤ ਮੇਜਰ ਨੇ ਕ੍ਰਾਈਮ ਨੂੰ ਲੈ ਕੇ ਹਮੇਸ਼ਾ ਹੀ ਇਹ ਗੱਲ ਹੁੰਦੀ ਆ ਹਰ ਸਾਲ ਹਰ 4 ਸਾਲਾਂ ਬਾਅਦ ਹੋਰ ਕੀ ਤੁਸੀਂ ਪਿਛਲੇ ਦੋ ਟਰਮਾਂ ਦੇ ਵਿੱਚ ਕੀਤਾ ਜਿੰਨਾ ਕਿ ਕ੍ਰਾਈਮ ਨੂੰ ਨੱਥ ਪਾਈ ਜਾ ਸਕੀ ਹੋ ਬੜਾ ਵਧੀਆ ਤੁਸੀਂ ਪੁਆਇੰਟ ਰੇਜ ਕੀਤਾ ਦੇਖੋ ਸਾਰਿਆਂ ਨਾਲੋਂ ਪਹਿਲਾਂ ਤਾਂ ਬਾਕੀ ਕੈਂਡੀਡੇਟਸ ਤੁਸੀਂ ਦੇਖੋਗੇ ਉਹ ਕੀ ਕਰਨਗੇ ਇਲੈਕਸ਼ਨ ਟਾਈਮ ਆਉਂਦੇ ਹੈਗੇ ਆ ਮੁੜ ਕੇ ਚਲੇ ਜਾਂਦੇ ਮੁੜ ਕੇ ਤੁਹਾਨੂੰ ਉਹ ਕਦੇ ਕਮਿਊਨਿਟੀ 'ਚ ਵਿਚਰਦੇ ਨਹੀਂ ਨੇ ਅਤੇ ਹੁਣ ਵੀ ਜੇ ਤੁਸੀਂ ਦੇਖੋਗੇ ਜਿਹੜੇ ਕੈਂਡੀਡੇਟ ਸਰੀ ਨਿਊਟਨ 'ਚ ਆਏ ਨੇ ਉਹਨਾਂ ਦਾ ਕੋਈ ਪਿੱਛੇ ਪਿਛੋਕੜ ਦੇਖੋ ਤਾਂ ਕਦੇ ਵੀ ਤੁਹਾਨੂੰ ਉਹ ਦਿਖੇ ਨਹੀਂ ਸਰੀ ਨਿਊਟਨ ਲਈ ਜਾਂ ਕਦੇ ਵੀ ਮੈਨੂੰ ਨਹੀਂ ਲੱਗਦਾ ਕਿ ਕੋਈ ਜਿਹੜਾ ਹੈਗਾ ਤੁਹਾਡਾ ਦਰਸ਼ਕ ਵੀ ਇਸ ਗੱਲ ਨਾਲ ਹੋਣਗੇ ਵੀ ਉਹਨਾਂ ਨੇ ਕਦੇ ਉਹਨਾਂ ਨੂੰ ਦੇਖਿਆ ਵੀ ਇਸ ਸੀਨ 'ਤੇ ਹੁਣ ਆਏ ਬਸ ਸਿਰਫ ਮੌਕਾ ਮਿਲਿਆ ਬਿੱਲ ਬੋਰਡ ਲਾ ਕੇ ਪਰ ਸੁੱਖ ਧਾਲੀਵਾਲ ਉਹ ਨੁਮਾਇੰਦਾ ਜਿਹੜਾ ਹਮੇਸ਼ਾ ਲੋਕਾਂ ਦੇ ਵਿੱਚ ਹੀ ਰਿਹਾ ਔਰ ਇੱਥੇ ਹੀ ਰਹਿਣਾ ਚਾਹੇ ਮੈਂ ਚੁਣਿਆ ਨੁਮਾਇੰਦਾ ਸੀ ਚਾਹੇ ਨਹੀਂ ਸੀ ਮੇਰਾ ਪਰਿਵਾਰ ਵੀ ਇੱਥੇ ਸੋ ਮੇਰੇ ਲਈ ਵੀ ਇਹ ਇਸ਼ੂ ਉਨਾ ਹੀ ਇੰਪੋਰਟੈਂਟ ਹੈਗਾ ਉਸ ਨੂੰ ਮੱਦੇਨਜ਼ਰ ਰੱਖਦੇ ਹਾਂ ਜਦੋਂ ਆਪਾਂ ਗੱਲ ਕਰਦੇ ਹਾਂ ਦੇਖੋ ਟੋਟਲ ਬੈਨ ਜਿਹੜਾ ਹੈਗੀਆਂ ਮਿਲਟਰੀ ਸਟਾਈਲ ਅਸਾਲਟ ਰਾਈਫਲਸ ਹੈਗੀਆਂ ਉਹਨਾਂ ਦੇ ਟੋਟਲ ਬੈਨ ਲਾਉਣਾ ਇਹ ਇੱਕ ਬਹੁਤ ਵੱਡਾ ਪੋਜ਼ਿਟਿਵ ਕਦਮ ਸੀ ਕਿਉਂਕਿ ਸਾਡੇ ਉਹ ਨੇਬਰਹੁੱਡ 'ਚ ਬਿਲੋਂਗ ਨਹੀਂ ਕਰਦੀਆਂ ਉਸ ਤੋਂ ਬਾਅਦ ਅਸੀਂ ਕਮਿਟ ਕੀਤਾ ਕਿ $1 million ਅਸੀਂ ਜਿਹੜਾ $1 billion ਸੋਰੀ ਅਸੀਂ ਪ੍ਰੋਵੈਂਸ ਨੂੰ ਦੇਵਾਂਗੇ ਜੇ ਉਹ ਹੈਂਡਗਨਸ ਵੀ ਬੰਦ ਕਰਨੀਆਂ ਚਾਹੁੰਦੇ ਉਹਦੇ ਨਾਲ ਨਾਲ ਹਮੇਸ਼ਾ ਜਿਹੜਾ ਹੈਗਾ ਇਹ ਕੀਤਾ ਕਿ ਅਵੇਅਰਨੈਸ ਲਿਆਉਣ ਲਈ ਚਾਹੇ ਉਹ ਅੱਜ ਪ੍ਰਾਈਮ ਮਿਨਿਸਟਰ ਚਾਹੇ ਉਹ ਮਿਨਿਸਟਰ ਸੀਗੇ
ਚਾਹੇ ਉਹਨਾਂ ਨੂੰ ਹਮੇਸ਼ਾ ਕੋਸ਼ਿਸ਼ ਕੀਤੀ ਵੀ ਸਰੀ ਨੂੰ ਲਿਆ ਕੇ ਇਹ ਜਿਹੜਾ ਇਸ਼ੂ ਆ ਉਹਨਾਂ ਤੱਕ ਪਹੁੰਚਾਇਆ ਜਾਵੇ। ਉਹਨਾਂ ਦੇ ਸਦਕਾ ਜਦੋਂ ਦੇਖਦੇ ਹਾਂ CBSA ਦੇ ਰਿਸੋਰਸ ਜਿਹੜੇ ਸੀਗੇ ਉਹ ਕੱਟ ਕਰਕੇ ਆਪਣੇ ਜਾਣ ਲੱਗੇ ਕੰਜ਼ਰਵੇਟਿਵ, ਉਹਨਾਂ ਨੇ CBSA ਨੂੰ ਕੱਟ ਲਾਏ, RCMP ਨੂੰ ਕੱਟ ਲਾਏ, ਅਸੀਂ ਉਹ ਵਧਾਇਆ ਕਿਉਂਕਿ ਇਨਫਲਕਸ ਨਾ ਹੋਵੇ ਜਿਹੜੀ ਬਾਹਰੋਂ ਗੰਦ ਦੀ ਹੋ ਰਹੀ ਸੀ। ਉਹਦੇ ਨਾਲ ਨਾਲ ਜਿਹੜਾ ਅਸੀਂ $7.5 million ਸਰੀ ਦੇ ਮੇਅਰ ਨੂੰ ਔਰ ਸਿਟੀ ਆਫ ਸਰੀ ਨੂੰ ਅਸੀਂ ਦਿੱਤੇ ਵੀ ਜਿਹੜੇ ਯੰਗ ਬੱਚੇ ਹੈਗੇ ਨੇ ਜਿਹੜੇ ਇੱਧਰਲੇ ਪਾਸੇ ਨੂੰ ਰਿਸਕ 'ਤੇ ਨੇ ਗੰਜ ਐਂਡ ਗੈਂਗਸ ਵੱਲ ਜਾਣ ਨੂੰ, ਉਹਨਾਂ ਨੂੰ ਸਾਨੂੰ ਕੀ ਚਾਹੀਦਾ ਕਿ ਅਸੀਂ ਉਹਨਾਂ ਦੀ ਮਦਦ ਕਰੀਏ। ਉਹਦੇ ਨਾਲ ਉਹਨਾਂ ਨੇ ਤਕਰੀਬਨ 4700 ਦੇ ਕਰੀਬ ਬੱਚਾ ਹੈਗਾ ਜਿਹਦੀ ਮਦਦ ਕਰਨੀ। ਉਹਨਾਂ ਤੋਂ ਹੁਣੇ ਹੁਣੇ ਰਿਪੋਰਟ ਮੰਗੀ ਸੀ, ਬਿਲ ਬਲੇਅਰ ਇੱਥੇ ਆਏ, ਮੇਅਰ ਸੀ, 10 ਔਰਗਨਾਈਜੇਸ਼ਨ ਜਿਹੜੀਆਂ ਮੇਅਰ ਨੇ ਅੱਗੇ ਕੀਤੀਆਂ ਉਹਨਾਂ ਨੂੰ ਜਦੋਂ ਲੈ ਕੇ ਚੱਲੇ ਤਾਂ ਉਹਦੇ ਵਿੱਚ ਕੀ ਕੀਤਾ ਕਿ ਉਹਨਾਂ ਤੋਂ ਅਸੀਂ ਰਿਪੋਰਟ ਮੰਗੀ ਤਾਂ ਉਹ ਕਹਿੰਦੇ ਅਸੀਂ ਆਲਰੇਡੀ 2100 ਬੱਚੇ ਦੀ ਮਦਦ ਕਰ ਚੁੱਕੇ ਹਾਂ ਔਰ 320 ਤਕਰੀਬਨ ਅਡਲਟ ਅਤੇ ਕੇਅਰ ਗਿਵਰ। ਸੋ ਸਾਡਾ ਫੋਕਸ ਮੇਨ ਇਹੀ ਹੈਗਾ, ਨੰਬਰ 1 ਜੇ ਸਖਤ ਕਾਨੂੰਨ ਬਣ ਸਕਦੇ, ਜੇ ਹੁਣ ਅਸੀਂ ਡਬਲ ਸਜ਼ਾਵਾਂ ਕਰਨੀਆਂ ਜਿਹੜੇ ਟ੍ਰੈਫਿਕਿੰਗ ਕਰਦੇ ਹੈਗੇ ਆ, ਸਮਗਲਿੰਗ ਕਰਦੇ ਆ ਹਥਿਆਰਾਂ ਦੀ, ਹਥਿਆਰ ਬੰਦ ਕਰਨੇ ਜਿਹੜੇ ਬੈਨ ਕੀਤੇ ਆ ਔਰ ਹੋਰ ਰਿਸੋਰਸ ਪਾਉਣੇ ਤਾਂ ਕਿ ਜਿਹੜੇ ਸਾਡੇ ਯੰਗ ਬੱਚੇ ਇੱਧਰ ਜਾ ਸਕਦੇ ਆ ਉਹਨਾਂ ਨੂੰ ਕਿਸ ਤਰੀਕੇ ਨਾਲ ਰੋਕਿਆ ਜਾਵੇ। ਸੋ ਇਹ ਜਿਹੜੀ ਹੈਗੀ ਆ ਇਸ 'ਤੇ ਸਾਡੀ ਪ੍ਰਾਇਓਰਟੀ, ਇਕੱਲੀ ਮੇਰੀ ਨਹੀਂ, ਇਨਫੈਕਟ ਦੂਸਰੇ MPs ਨੇ ਸਾਡੇ ਲਿਬਰਲ ਦੇ, ਅਸੀਂ ਇਕੱਠੇ ਹੋ ਕੇ ਇਸ 'ਤੇ ਕੰਮ ਕੀਤਾ ਔਰ ਕਰਦੇ ਰਹਾਂਗੇ। ਧਾਲੀਵਾਲ ਸਾਹਿਬ, ਤੁਹਾਡੇ ਹਲਕੇ ਦੇ ਵਿੱਚ ਪੰਜਾਬੀ ਵੋਟਰਸ ਬਹੁਤ ਵੱਡੀ ਗਿਣਤੀ ਦੇ ਵਿੱਚ ਅਤੇ ਜਿੱਥੇ ਵੀ ਪੰਜਾਬੀ ਹੋਣਗੇ ਕਿਸੇ ਵੀ ਮੁਲਕ ਦੇ ਵਿੱਚ ਇਮੀਗ੍ਰੇਸ਼ਨ ਦਾ ਹਮੇਸ਼ਾ ਹੀ ਕੁਝ ਸਵਾਲ ਉੱਥੇ ਹੋਣਗੇ। ਇਮੀਗ੍ਰੇਸ਼ਨ ਨੂੰ ਲੈ ਕੇ ਲਿਬਰਲ ਪਾਰਟੀ ਦੀ ਕੀ ਪਾਲਿਸੀ ਹੈ ਅਤੇ ਪਿਛਲੇ 2 ਟਰਮਾਂ ਦੇ ਵਿੱਚ ਇਮੀਗ੍ਰੇਸ਼ਨ ਨੂੰ ਕਿੰਨਾ ਕੁ ਸੁਖਾਲਾ ਕੀਤਾ ਗਿਆ ਕਿ ਜਿੱਥੋਂ ਇੰਡੀਆ, ਪਾਕਿਸਤਾਨ ਜਾਂ ਹੋਰ ਕੰਟਰੀਆਂ ਤੋਂ ਇੱਥੇ ਲੋਕ ਪਹੁੰਚ ਸਕੇ? ਹੁਣ ਦੇਖੋ, ਪਹਿਲਾਂ ਵੀਜ਼ਾ ਨਹੀਂ ਸੀ ਮਿਲਦਾ, ਇੰਡੀਆ ਤੋਂ ਆਉਣਾ ਕਿਸੇ ਨੇ ਦੇਖਿਆ ਹੀ ਆ ਪਿੱਛੇ, ਜਾਂ ਪਾਕਿਸਤਾਨ ਤੋਂ ਆਉਣਾ ਵੀਜ਼ਾ ਨਹੀਂ ਸੀ ਦਿੰਦੇ। ਹੁਣ ਅਸੀਂ ਕੀ ਕੀਤਾ ਸੀ, ਅਸੀਂ ਉਹਨੂੰ ਜਿਹੜਾ ਸੀ ਵਿਜ਼ਟਰ ਵੀਜ਼ਾ ਉਹਨੂੰ ਪਹਿਲਾਂ ਸਖਾਲਾ ਕੀਤਾ, ਉਹਦਾ ਜਿਹੜਾ ਰੇਟ ਆਫ ਅਪਰੂਵਲ ਸੀਗਾ ਉਹ ਜ਼ਿਆਦਾ ਕੀਤਾ। ਉਸ ਤੋਂ ਬਾਅਦ ਚਾਹੇ ਉੱਥੋਂ ਬੱਚੇ ਵੀ ਜਿਹੜੇ ਪੜ੍ਹਨ ਨੂੰ ਆਏ ਉਹ ਵੀ ਇੱਥੇ, ਪਰ ਉਹਦੇ ਨਾਲ ਨਾਲ ਜਿਹੜਾ ਸੀਗਾ ਇੱਕ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੀ ਕੈਟਾਗਰੀ ਜਿਹੜੀ ਬੜੀ ਇੰਪੋਰਟੈਂਟ ਆ, ਜਿਹੜੇ ਜਿਹੜੇ ਲੋਕ ਇੱਥੇ ਸੈਟਲ ਹੋਏ ਨੇ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਪਰਿਵਾਰ ਇਕੱਠੇ ਹੋਣ। ਪਹਿਲਾਂ ਕੰਜ਼ਰਵੇਟਿਵ ਦੇ ਟਾਈਮ ਸਪਾਊਸਲ ਕੇਸ ਨੂੰ 3-4 ਸਾਲ ਲੱਗ ਜਾਂਦੇ ਸੀ, ਅਸੀਂ ਉਹ ਕਿਹਾ ਕਿ ਵੀ ਘਟਾ ਕੇ 1 ਸਾਲ ਦੇ ਸਮੇਂ ਦੇ ਵਿੱਚ ਜਿਹੜਾ ਉਹਨਾਂ ਦਾ ਫੈਸਲਾ ਹੁੰਦਾ, ਜੇ ਕੋਈ ਕੰਪਲੈਕਸ ਕੇਸ ਨਹੀਂ ਇੰਨਾ ਘਟਾ ਕੇ ਉਹਦਾ ਦਰ ਕਰਦੇ। ਉਸ ਤੋਂ ਬਾਅਦ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਸੀ, ਉਹਨਾਂ ਦਾ ਘਟਾ ਕੇ ਸਮਾਂ 2-3 ਸਾਲ 7 ਸਾਲ ਤੋਂ ਕੀਤਾ। ਇਕੱਲਾ ਇਹ ਨਹੀਂ ਕੀਤਾ, ਕੰਜ਼ਰਵੇਟਿਵ ਜਿਹੜੀ ਬੈਕਲੌਗ ਕ੍ਰੀਏਟ ਕਰਕੇ ਗਏ ਉਹ 'ਚੋਂ 85% ਬੈਕਲੌਗ ਅਸੀਂ ਚੱਕ ਦਿੱਤਾ, ਔਰ ਨਾਲ ਇਕੱਲਾ ਚੱਕਿਆ ਨਹੀਂ, ਉਹ ਸਿਰਫ ਪਹਿਲਾਂ ਕਈ ਸਾਲ ਤਾਂ ਉਹਨਾਂ ਨੇ ਐਪਲੀਕੇਸ਼ਨ ਹੀ ਨਹੀਂ ਲਈ ਪੇਰੈਂਟਸ ਐਂਡ ਗ੍ਰੈਂਡ ਪੇਰੈਂਟ, ਕਿਉਂ ਉਹ ਚਾਹੁੰਦੇ ਸੀ ਵੀ ਇਸ ਨੂੰ ਸਿਸਟੈਮਿਕਲੀ ਖਤਮ ਕਰ ਦਿਓ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ, ਤਾਂ ਕਿ ਫੈਮਿਲੀਜ਼ ਇਕੱਠੀਆਂ ਨਾ ਹੋ ਸਕਣ। ਅਸੀਂ ਵਾਅਦਾ, ਫਿਰ ਉਹ 5000 ਐਪਲੀਕੇਸ਼ਨ ਲੈਣ ਲੱਗੇ ਜਦੋਂ ਇਲੈਕਸ਼ਨ ਆਉਣਾ ਸੀ ਉਸ ਸਾਲ, ਅਸੀਂ ਕਿਹਾ ਵੀ ਅਸੀਂ 5 ਨਹੀਂ 10 ਲਵਾਂਗੇ, ਅਸੀਂ 10 ਨਹੀਂ ਐਪਲੀਕੇਸ਼ਨ ਲਈਆਂ 10000, ਅਸੀਂ ਐਵਰੇਜ ਪਾਇਆ ਜਾਵੇ ਤਾਂ 20000 ਐਪਲੀਕੇਸ਼ਨ ਉਦੋਂ ਤੋਂ ਅੱਜ ਤਾਈਂ ਲਈ ਆ, ਔਰ ਇਸ ਸਾਲ ਇਕੱਲੀ 30000 ਐਪਲੀਕੇਸ਼ਨ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੀ ਲਈ। ਕਿਉਂ ਲਈ 30000 ਐਪਲੀਕੇਸ਼ਨ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੀ? ਕਿਉਂਕਿ ਉਹ ਇੱਕ ਕੈਟਾਗਰੀ ਹੈਗੀ ਜਿਹਦੇ ਵਿੱਚ ਸਾਡੇ ਪਰਿਵਾਰ ਇਕੱਠੇ ਹੋ ਸਕਦੇ ਆ, ਔਰ ਇਕੱਲੀ ਇਹੀ ਨਹੀਂ ਵੀ ਉਹਦੇ ਵਿੱਚ ਜਿਹੜੀ ਉਹਨਾਂ ਨੇ ਕੰਜ਼ਰਵੇਟਿਵ ਕਹਿੰਦੇ ਸੀ 18 ਸਾਲ ਦਾ ਬੱਚਾ ਡਿਪੈਂਡੈਂਟ ਆ, ਅਸੀਂ ਉਹਨੂੰ 22 ਸਾਲ ਦਾ ਡਿਪੈਂਡੈਂਟ ਕੀਤਾ। ਹੁਣ 22 ਸਾਲ ਦਾ ਬੱਚਾ ਡਿਪੈਂਡੈਂਟ ਹੋਣ ਕਰਕੇ ਜਿਹੜੀ ਐਪਲੀਕੇਸ਼ਨ ਸੀਗੀ ਉਹ ਵੀ ਜਿੱਥੇ, ਇੱਕ ਤਾਂ ਅਸੀਂ 6 ਗੁਣਾ ਐਪਲੀਕੇਸ਼ਨਾਂ ਲਈਆਂ, 6 ਗੁਣਾ ਐਪਲੀਕੇਸ਼ਨ ਦੇ ਨਾਲ ਜੇ 1.5 ਗੁਣਾ ਜਿਹੜੇ ਨੇ ਉਹ ਪਾਰਟੀਸਪੈਂਟ ਇੱਕ ਦੇ ਵਿੱਚ ਹੋ ਜਾਂਦੇ ਆ, ਤਾਂ ਦੇਖ ਲਓ ਤੁਸੀਂ ਕਿੰਨਾ ਜਿਹੜਾ ਉਹ ਵੱਡਾ ਫਰਕ ਜਿਹੜਾ ਹੈਗਾ ਇਸ ਗੱਲ ਨੂੰ ਪਿਆ ਹੈਗਾ। ਸੋ ਉਹਦੇ ਔਰ ਉਹਦੇ ਵਿੱਚ ਫਿਰ ਇਹ ਆਵਾਜ਼ ਸੀਗੀ ਕੰਸਟੀਟੂਐਂਸੀ, ਕਿਉਂਕਿ ਜਦੋਂ ਮੈਂ ਲੋਕਾਂ ਕੋਲ ਜਾਣਾ ਮਿਲਦਾ ਉਹ ਤਾਂ ਦੱਸਦੇ ਆ ਨਾ, ਉਹ ਕਹਿੰਦੇ ਸੀ ਵੀ ਜੀ ਅਸੀਂ ਪਹਿਲੇ ਸਾਲ ਅਪਲਾਈ ਕਰਦੇ ਹਾਂ ਕਈਆਂ ਦਾ ਨੰਬਰ ਆ ਜਾਂਦਾ, ਕਈ 2-2, 3-3 ਸਾਲ ਅਪਲਾਈ ਕਰਦੇ ਰਹਿੰਦੇ ਉਹਨਾਂ ਦਾ ਨੰਬਰ ਨਹੀਂ ਆਉਂਦਾ। ਉਹਦੇ ਵਿੱਚ ਅਸੀਂ ਜਿਹੜੇ 30000 ਐਪਲੀਕੇਸ਼ਨ ਸੀ ਉਹੀ ਚੱਕੀ ਜਿਹੜੀ ਪਿਛਲੀ ਇਨਵੈਂਟੋਰੀ ਤੋਂ ਸੀ। ਸੋ ਇਹ ਜਿਹੜਾ ਹੈਗਾ, ਉਸ ਤੋਂ ਬਾਅਦ ਇਸ ਸਾਲ ਤੁਸੀਂ ਲਾ ਲਓ 75 ਪੁਆਇੰਟ ਦੇ ਉੱਤੇ ਬੰਦਿਆਂ ਨੂੰ ਪੱਕੇ ਕੀਤਾ, ਫਿਰ 90000 ਐਪਲੀਕੇਸ਼ਨ ਹੋਰ ਕੱਢੀ। ਉਹਦਾ ਕਾਰਨ ਇਹ ਸੀ ਜਿਹੜਾ LMI ਦਾ ਚੱਲ ਰਿਹਾ, ਤਾਂ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਇੱਥੇ ਇਮੀਗ੍ਰੇਸ਼ਨ ਲੈਣਾ ਚਾਹੁੰਦੇ ਆ ਉਹ LMIA ਦਾ ਸ਼ਿਕਾਰ ਨਾ ਹੋਣ ਅਤੇ ਉਹਨਾਂ ਦੀ ਵੀ ਹੈਲਪ ਕੀਤੀ ਜਾਵੇ। 27000 ਪਹਿਲਾਂ ਐਪਲੀਕੇਸ਼ਨ ਕੱਢੀ, ਫਿਰ ਜਿਹੜੀ ਸੀਗੀ 90000 ਐਪਲੀਕੇਸ਼ਨ ਲਈ। ਧਾਲੀਵਾਲ ਸਾਹਿਬ, ਅਕਸਰ ਹੀ ਲੋਕ ਕਹਿੰਦੇ ਨੇ ਕਿ ਕੈਨੇਡਾ
रिफ्यूजी क्यों इन्ने मंगाई जा रहा, चाहे कि वह गल सीरिया की होवे हुण अफगानिस्तान की गल होवे, वह कहिंदे भी होर भी तो मुल्क हैगे ने, कई मिडल ईस्ट के मुल्क ने, वह क्यों नहीं उन्होंने लेंदे, तुहाडा इहदे ते की कहना? देखो सारे नाल पहली गल तो यह है भी असी कैनेडा जिहड़ा हैगा ना बड़ा कंपैशनेट देश हैगा, असी भी तो आए ने इत्थे, ठीक है ना। उहदे विच की हैगा कि समय समय मुताबक कैनेडा जिहड़ा हैगा उहदियां डिफरेंट स्ट्रीम्स ने जिहड़ियां इमीग्रेशन दियां, उहदे विच पेरेंट्स एंड ग्रैंड पेरेंट्स हो गए, स्पाउसल केस हो गए, स्टूडेंट्स हो गए, वर्क परमिट हो गए, नाल ही जिहड़ा हैगा पक्के तौर दे उत्ते इकनोमिक केसेज हो गए, पॉइंट बेसिस ते प्रोफेशनल लैके ने। उहदे विच इक कैटागरी यह भी हैगी कि कंपैशनेट बेस ते सर्टन नंबर ऑफ रिफ्यूजीज एवरी ईयर कैनेडा जिहड़ा हैगा वह UNO दी ट्रीटी करके वह एक्सैप्ट करने पैंदे आ। और उहदे विच की हैगा कि कैनेडा जिहड़ा हमेशा लीडर रहा, सीरिया च इशू आया उदों उत्थों लैके आने पे, हुण अज अफगानिस्तान च नहीं है, जदों हिंदुस्तान दे विच भी जदों 1984 दा दौर चलदा सी बहुत वड्डी गिणती दे विच जिहड़े हैगे ने उदों सिख जिहड़े सी इत्थे आके उन्होंने भी रिफ्यूज लिया, अफगानिस्तान दे विच हिंदूज एंड सिख मिनोरिटीज़ बैठिया सी उन्होंने भी इत्थे लैके आंदा। सो ये जिहड़ी पॉलिसी हैगी ना रिफ्यूजी पॉलिसी, ये बड़ी बैलेंस पॉलिसी है, और कैनेडा नूं बीइंग कंपैशनेट मुल्क हुंदिआं जिहड़ा आपदा बनदा भाग आ हिस्सा हैगा वह करना पैंदा। तालीवाल साहब, ये तो गलबात सी भी जो तुसी अपने न्यूटन हल्के दे विच कीता, हुण आपां गलबात करदे आं कि तुसी री इलैक्ट हुंदे हो तो तुहाडे अगले चार साल दे की प्लैन है कि जो सरी न्यूटन दे विच तुसी करना चाहोगे? देखो सारे नालों पहलां जदों सरी न्यूटन की गल करते हैं पहलां मैं सोचता भी ये तो ग्रोन अप पापूलेशन इत्थे बच्चे ही नहीं है जो मैं सही कीता हुंदा, पर जो तुसी आंकड़े देखते हो ना स्टैटिस्टिक्स देखते हो तो पिछले साल $100 मिलियन एक साल दे विच जिहड़ा कैनेडा चाइल्ड बेनीफिट इस हल्के च आया सारे नालों ज़्यादा, जे सारे देश दे विच देखा जाए सारे नालों ज़्यादा $100 मिलियन तो उत्ते डॉलर एक साल दे विच 8 मिलियन तकरीबन एवरी मंथ जिहड़ा वह फ्लो हो रहा, वह कित्थे आ रहा? वह सरी न्यूटन्स। सो हुण इस वेले साडे लई कैनेडा जिहड़ी चाइल्ड केयर पॉलिसी बड़ी इंपोर्टेंट हैगी, ठीक है ना। उहदे विच असीं की कर रहे हां, उहदे विच असीं मेक श्योर करना कि पहले साल दे विच विच जिहड़ा चाइल्ड केयर की कॉस्ट हैगी आ वह 50% घट होवे, और आने वाले 5 सालों के $10 डे केयर आवे ता कि जिहड़ी साडियां विमेन बच्चियां साडियां भैणां वह वापस काम ते जा सकन, एक तो वह विमेन एम्पावरमेंट होगी, दूसरा साडे बच्चों की चंगी देखरेख होगी, दूसरा ये हैगा कि असी मेक श्योर करना कि अफोर्डेबल हाउसिंग जिहड़ी आ वह बहुत जरूरी हैगी, उहदे विच असी 1.4 मिलियन होम जिहड़े ने वह बनावांगे जां रेनोवेट करांगे, अप टू $30,000 होम टैक्स क्रैडिट जिहड़ा वा वह क्रिएट करांगे, जिहड़ा टैक्स फ्री वहीकल आ जिहदे विच फस्ट टाइम पेमेंट करनी हैगी डाउन पेमेंट उहदे विच हैल्प होएगी, 2 साल लई असी बैन कर देना फॉरन बायर ताकि वह इत्थे आके घर ना बाय कर सके, वो नाल जिहड़ी अफोर्डेबिलिटी हैल्प होगी, बाकी असी मॉर्गेज पेमेंट्स की हैल्प करेंगे रेंटल टू ओनरशिप। सो ये वो हो गया, उस तो बाद असी ये भी चाहते हैं कि यूनीवर्सल हैल्थ केयर से सारे ताई हुण इस वेले फैमिली फिजिशियन की शॉर्टेज हैगी, 7500 फैमिली फिजिशियन जिहड़ा वो असी लैके आवांगे, और नाल नाल जिहड़ा हैगा कोशिश करांगे कि 50,000 जिहड़ी हैगी आ साडी असी होम केयर वर्कर्स ट्रेन करिए, $25 मिनिमम उन्होंने पे दीए ताकि जो बजुर्गों घर सहूलत चाहिए वह उन्होंने प्रोवाइड करिए, जिते उन्होंने असी एक्सैसीबिलिटी क्रैडिट देवे वो नाल नाल जे रेनोवेट करना चाहते घर उत्थे हेल्प करेंगे। बाकी एजुकेशन की गल हैगी, देखो जो पोस्ट सैकेंडरी एजुकेशन की गल आती चाहे वह साइमन फ्रेजर यूनीवर्सिटी से चाहे वह क्वांटल KPU क्वांटल पॉलीटेक्निक यूनिवर्सिटी, ये जो भी उन्होंने सब तो कैपीटल इनवैसटमेंट लिए मनी मंगी आ चाहिए आ उदों असी मनी पे कीती, चाहे वह 14 मिलियन इत्थे इनवैसट करने से क्वांटन पॉलीटेक्निक यूनिवर्सिटी, चाहे 80 मिलियन इनवैसट करने से जिदे विच दोहां च असी प्रोवेंस ने ते जिहड़ा सी फैडरल ने अद्धो अद्ध पाया हैगा। उस तो बाद ये हैगा बच्चों की मेक श्योर करना कि उन्हां दी जिहड़ियां ग्रांट्स हैगियां ने उहनूं असी डबल करिए, समर जॉब्स जिहड़ियां सी इस साल $2 मिलियन सिर्फ सरी न्यूटन च आया, जिन्हां 300 तो वध जिहड़े बच्चे आ उन्होंने असी समर जॉब जिहड़ियां वह क्रिएट कर रहे हैं ताकि बच्चे जदों उन्हां दा एक्सपीरियंस भी होवे अगों पक्की नौकरी जिहड़ी लै सकन। सो ये है बच्चों का, हैल्थ का हो गया, सीनियर का, एनवायरमेंट असी देखना
मेक श्योर करना कि 2035 तक हर एक कार जी वो जीरो नैट मिशन जो हो 2050 तक जीरो नैट मिशन जोड़े और प्लास्टिक जो टोटली असी जो सिंगल यूज प्लास्टिक वो 2030 तक जोड़े ने बैन करने हैं। इंडिजिनस पीपल की गल करते हैं असी उन्होंने बच्चों उन्होंने मैंटल हैल्थ इशूज तो जी मेक श्योर करना कि मैंटल हैल्थ के नाल उन्होंने एजुकेशन के बारे भी पैसे पाने और दूसरा जिस तरह पहला क्या भी मेक श्योर करना असी लैजिस्लेशन लैके आना डबल सजावं जिहड़ियां गन ट्रैफिकिंग की होवे औखा करना हैगा होर स्ट्रिंजेंट रिक्वायरमेंट्स करनियां बैकग्राउंड चैक्स जे किसी ने लाइसेंस लेना एक मिनट के दसो कि सुख धालीवाल उन्होंने लोग वोट क्यों पाओ। देखो सुख धालीवाल जिहड़ा है वो एको ही नुमाइंदा है ये दर्शक भी इस गल नूं जिहड़ा वा एग्री करनगे और कोई इस गल तो मुनकर नहीं कि मैं चुन के चाहे चुनिया सी चाहे नहीं सी इस कम्यूनिटी इन्ना लम्मा समा सेवा की आ और जिस तरीके पहले दिन हार्ड काम करता सी उस तो भी अज वध पैशनेट ते वध हार्ड काम जिहड़ा हैगा मैं वो कॉन्स्टिट्यूएंट्सली कर रहा जिथे मैं उन्हां दे विच हर रोज़ विचर रहा उन्हां दी गलबात सुन रहा उन्हां नूं किसी भी तरह की आ रही चाहे वह परसनल समस्या होवे चाहे केस वर्क होवे उन्हां दे नाल मोढ़े नाल मोढ़ा ला के खड़ा होया दुख सुख खड़ा होया और उन्हां दी आवाज़ जिहड़ी आ वह भी ऑटवाच जिहड़ी हैगी आ धड़ल्ले नाल बुलंद कीती आ अज आपकी जी आवाज़ में बुलंद करने धड़लेदार आवाज़ में इको एक हैगी आ कि तुहाडा परख्या होया नुमाइंदा उन्हां दा सरी न्यूटन दे विच और जिहड़ा आम सधारण इंसान तक पहुँच करदा और आम सधारण इंसान की पहुँच मेरे तक आ उस नूं लोकल लैवल ते जदों फैडरली भी देखदे आ तां जस्टिन ट्रूडो साडे जिहड़े ने वो फैडरल लीडर वो लीडर उभर के सामने आए आ जिन्हां ने जिहड़ा है हमेशा जिहड़ा हैगा वा वो मिनोरिटी का भी साथ दिता और नाल ही कोविड के दौरान जिस हिसाब के नाल उन्होंने लीडरशिप दिखाई चाहे बेनीफिट्स देने की गल कर लो चाहे वह वैक्सीनेशन मुहैया कराने की गल कर लो सो लोकली सरी न्यूटन सुख धालीवाल फैडरली जस्टिन ट्रूडो उन्होंने वोट पाओ तो कामयाब बनाओ।